सानू परिवार जिहड़े ने मैनूं लानता पा रहे ने कि बस जी तुसीं इन्हां लोकां नूं रोकदे क्यों नहीं हो, सीरियस गल करो, कॉमेंट दिओ, कोई चमकीले दा गाणा किसे दा गाणा जिहड़ा आ इहो जिहे गल्लां विच ना लाओ। इह वी इक समाज विच ही आ, पता नहीं खरे डिप्रैशन आ कर की आ, पर शी इज़ प्रैगनेंट और इन्हें अपनी फोटो भेजी प्रैगनेंसी दियां और असीं दिखा सकते एक प्रैगनेंसी पिक्चर दिखा सकते इस बच्चे की, जिहड़ा असली घर वाला आ उहने इहनूं घरों कढ दित्ता, जिहड़ा दूजा आ उह इहनूं पता नहीं है कौन है, नंबर इहदे कोल नहीं है, एड्रैस इहदे कोल नहीं है, ना इहदे कोल नहीं है। सो मैनूं दुख इस चीज़ का आ, घर विच 4379871414 लैट्स सी। नंबर वन कॉलर करन वालों की कहना चाहते हो? नंबर टू कॉलर प्लीज। ਅਜੀ ਬਾਸੀ ਸਾਹਿਬ, ਜਿਹੜਾ ਕਰਨ ਵਾਲਾ ਹੁਣ ਇਹਦਾ ਕੇਸ ਹੈ ਜੀ, ਇਹ ਸਿੱਧਾ ਦੇਖਣ ਨੂੰ ਜੀ ਇੱਕ ਡਿਪਰੈਸ਼ਨ ਵਾਲਾ ਕੇਸ ਲੱਗ ਰਿਹਾ ਜੀ। ਠੀਕ ਹੈ, ਇਹਦੇ ਵਿੱਚ ਜਿੱਦਾਂ ਉਹ ਕਹਿ ਰਿਹਾ ਕਿ ਮੈਨੂੰ ਪਤਾ ਹੀ ਲੱਗਾ ਮੈਂ ਪ੍ਰੈਗਨੈਂਟ ਹੋ ਗਈ, ਮੇਰੇ ਨਾਲ ਆਹ ਕੁਛ ਹੋਇਆ, ਕਿਉਂਕਿ ਗੱਲਾਂ ਨੂੰ ਵਾਰ ਵਾਰ ਉਹ ਰਿਪੀਟ ਕਰ ਰਹੇ ਆ। ਠੀਕ ਆ, ਤੇ ਹੁਣ ਇਹਦੇ ਵਿੱਚ ਚਲੋ ਇੱਕ ਆਪਣੇ ਸਮਾਜ 'ਚ ਇੱਦਾਂ ਦੀਆਂ ਗੱਲਾਂ ਲਈ ਕੋਈ ਜਗ੍ਹਾ ਤਾਂ ਨਹੀਂ ਹੁੰਦੀ, ਜੋ ਇਹਨਾਂ ਨੇ ਕੀਤਾ ਕਿ ਮੈਂ ਆਪਣੇ ਹਸਬੈਂਡ ਤੋਂ ਦੂਰ ਹਾਂ, ਮੈਂ ਫਿਰ ਵੀ ਪ੍ਰੈਗਨੈਂਟ ਹੋ ਗਈ। ਪਰ ਇੱਥੇ ਜੇ ਤੁਸੀਂ ਅਗਰ ਡੀਪਲੀ ਜਾਓ, ਇਹਨਾਂ ਦਾ ਜਿਹੜਾ ਬੁਆਏਫ੍ਰੈਂਡ ਆ ਉਹਦੇ ਨਾਲ ਵੀ ਬਾਸੀ ਸਾਹਿਬ ਕੰਟੈਕਟ ਕੀਤਾ ਜਾਣਾ ਚਾਹੀਦਾ ਕਿ ਉਹ ਬੰਦਾ ਕੌਣ ਹੈ, ਹੈ ਨਾ। ਥੈਂਕ ਯੂ ਸੋ ਮਚ। ਇਹਨਾਂ ਦੀ ਸਟੋਰੀ ਆਪਾਂ ਸੁਣੀ ਸੀ। ਹਾਂਜੀ, ਥੈਂਕ ਯੂ ਸੋ ਮਚ, ਵੈਰੀ ਗੁੱਡ ਆਈਡੀਆ। ਨੰਬਰ 3 ਕਾਲਰ ਪਲੀਜ਼। ਹੈਲੋ, ਹਾਂਜੀ, ਗੁੱਡ ਮਾਰਨਿੰਗ ਬਾਸੀ ਸਾਹਿਬ, ਰੋਹਨ ਬੋਲ ਰਿਹਾ ਜੀ। ਜੀ ਰੋਹਨ ਜੀ, ਜਲਦੀ ਕਰੋ, ਸਮਝ ਜੀ ਜੀ। ਹਾਂਜੀ ਬਾਸੀ ਸਾਹਿਬ, ਦੇਖੋ ਜੀ, ਮੈਨੂੰ ਪੂਰੀ ਹਮਦਰਦੀ ਹੈ ਜੀ ਇਹਨਾਂ ਨਾਲ, ਜਿਵੇਂ ਕਹਿੰਦੇ ਨੇ ਪੂਰੀ ਸਿੰਪਥੀ ਹੈ ਜੀ ਕਿ ਹਾਂ ਵੀ ਜਿਵੇਂ ਡਿਪਰੈਸ਼ਨ 'ਚ ਗਏ ਨੇ ਇਹ ਵੋ, ਤੇ ਬਾਕੀ ਬਾਸੀ ਸਾਹਿਬ ਦੂਜੀ ਗੱਲ 200% ਗੱਲ ਸੱਚ ਹੈ ਜੀ, ਇਹਨਾਂ ਨੂੰ ਪੁੱਠਾ ਕਰ ਲਓ, ਫੁੱਲ ਵਾਲਾ ਟੋਕਰਾ ਨਿਕਲੂਗਾ ਜੀ। ਨੰਬਰ 4 ਕਾਲਰ ਪਲੀਜ਼। ਬਾਸੀ ਜੀ, ਪਹਿਲਾ ਕੁਐਸਚਨ ਇਸ ਕੁੜੀ ਨੂੰ ਇਹ ਹੈ ਕਿ ਕੀ ਇਹਨੇ ਪਹਿਲੀ ਮੈਰਿਜ ਜਦੋਂ ਕਰਾਈ ਹੈ ਆਪਣੇ ਪੇਰੈਂਟਸ ਦੀ ਇਨਵੋਲਵਮੈਂਟ ਜਾਂ ਉਹਨਾਂ ਦੀ ਰਜਾਮੰਦੀ ਨਾਲ ਕਰਾਈ ਹੈ। ਨੰਬਰ 2, ਇਹ ਕਿੰਨੀ ਦੇਰ ਦੇ ਵਿੱਚ, ਇਹ ਆਨਸਰ ਚਾਹੀਦਾ ਮੈਨੂੰ, ਇਹ ਕਿੰਨੀ ਦੇਰ ਬਾਅਦ ਇਹ ਕੈਨੇਡਾ ਦੇ ਵਿੱਚ ਆ ਗਈ ਹੈ, ਤੇ ਜੋ ਇਹ ਵਨ ਸਾਈਡਡ ਸਟੋਰੀ ਆਪਾਂ ਕਰ ਰਹੇ ਹਾਂ ਬਸ ਜੀ, ਇਹਦੇ ਵਿੱਚ 1% ਨਹੀਂ 100% ਫਿਸ਼ੀ ਸਟੋਰੀ ਹੈਗੀ ਹੈ। ਕੋਈ ਵੀ ਇੰਡੀਅਨ ਕਲਚਰ ਦੀ ਲੜਕੀ ਜਿਹੜੀ ਹੈਗੀ ਹੈ, ਇੱਕ ਹੋਰ ਕੁਐਸਚਨ ਵਿੱਚ ਇਹਦੇ ਕਿ ਕੀ ਇਹ ਸੇਮ ਕੰਮ ਕਾਸਟ ਹੈਗੀ ਹੈ, ਤੇ ਇਹ ਟੋਟਲੀ 100% ਫਿਸ਼ੀ ਹੈਗੀ ਹੈ, ਔਰ ਮੇਰੇ ਮੁਤਾਬਕ ਇਹ ਕੁੜੀ 100% ਝੂਠ ਬੋਲ ਰਹੀ ਹੈ। ਝੂਠ ਕੀ ਬੋਲ ਰਹੀ ਹੈ? ਕਿ ਮਤਲਬ ਪ੍ਰੈਗਨੈਂਟ ਨਹੀਂ ਹੈ? ਨਹੀਂ ਨਹੀਂ, ਪ੍ਰੈਗਨੈਂਟ ਹੈਗੀ ਹੈ। ਹਾਂ, ਇਹਨੇ ਆਪਣੇ, ਕਿਉਂਕਿ ਦੇਖੋ, ਮਾਫ਼ ਕਰਨਾ, ਗੁਰਬਾਣੀ 'ਚ ਇੱਕ ਤੁੱਕ ਲਿਖੀ ਹੈ, ਅਹੰਕਾਰ ਕਰੇ ਸੋ ਅਹੰਕਾਰ ਪਾਵੇ, ਇੱਕ ਘੜੀ ਮੋਹਤ ਨਾਨਕ ਹੈ ਜੀ। ਗੁਰਬਾਣੀ ਨੂੰ ਨਾ ਲਓ ਪਲੀਜ਼, ਇਸ ਸਟੋਰੀ 'ਚ ਪਲੀਜ਼, ਮਾਫ਼ ਕਰ। ਨਹੀਂ ਜੀ, ਮੈਂ ਨਹੀਂ, ਮੈਂ ਗੁਰਬਾਣੀ ਨੂੰ ਮੰਨਦੇ ਸੱਚ ਬੋਲੋ ਨਾ ਭਾਜੀ, ਜਿਹੜੇ ਤੁਸੀਂ ਲੈ ਗਏ ਗੁਰਬਾਣੀ ਨੂੰ ਮੰਨਦੇ ਆ ਨਾ, ਬਾਬੇ ਤੋਂ ਡਰੋ ਤੁਸੀਂ, ਤੁਸੀਂ ਬੋਲ ਕੀ ਰਹੇ ਹੈ, ਬਾਬੇ ਤੋਂ ਡਰਦੇ ਨਾ ਤੁਸੀਂ। ਪਲੀਜ਼ ਗੁਰਬਾਣੀ ਦੀ ਆ, ਹਾਂਜੀ, ਸਾਨੂੰ ਨਿਚਾ, ਮੈਂ ਗੁਰਬਾਣੀ ਨੂੰ, ਸ਼ੁੱਧ ਬਾਣੀ ਨੂੰ, ਬਾਬਾ ਜੀ ਦੀ ਬਾਣੀ ਨੂੰ ਵਿੱਚ ਨਾ ਲਓ ਪਲੀਜ਼। ਹਾਂਜੀ ਪਲੀਜ਼, ਆਮ ਸੌਰੀ। ਨੰਬਰ 5 ਕਾਲਰ ਪਲੀਜ਼। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਈ, ਜਿਵੇਂ ਉਹ ਜੋਗੇ ਅਲਟੀਨੇਟਰ ਵਾਲੀ ਤੁਸੀਂ ਐਡ ਦਿੰਦੇ ਹੁੰਦੇ, ਇਹਦੇ ਅਲਟੀਨੇਟਰ ਪਹਿਲਾਂ ਉਹ ਚੈੱਕ ਕਰੋ ਜੀ ਵੀ ਕਿਹੜਾ ਫਿੱਟ ਕਰਕੇ ਗਿਆ ਉਹ ਤਾਂ ਨਾਲੇ ਕਹੀ ਜਾਂਦੇ ਕਹਿੰਦੇ ਮਿਲੇ ਹੀ ਇੱਕ ਵਾਰੀ ਹੈ, ਇਹ ਤਾਂ ਫਿਰ ਉਹ ਗੀਤ ਵਾਲੀ ਗੱਲ ਹੋਗੀ ਵੀ ਇਕੱਲਾ ਜੱਟ 100 ਵਰਗਾ ਇੱਕੋ ਫੈਰ ਵਿੱਚ ਪਾਦੂਗਾ ਖਿਲਾਰੇ, ਇਹ ਪੱਕਾ ਰਜੂਨਰ ਜਾਨਾ ਖਾਨਾ ਲੱਗਦਾ ਜੀ, ਉਹਨੂੰ ਪਤਾ ਕਰੋ ਪਹਿਲਾਂ ਵੀ ਉਹ ਮੁੰਡਾ ਹੈ ਕਿਹੜਾ, ਵੀ ਐਂ ਕਿਵੇਂ ਹੋਜੂਗਾ ਵੀ ਇਹਨਾਂ ਨੂੰ ਨਾਮ ਵੀ ਨਹੀਂ ਉਹਦਾ ਪਤਾ, ਕੋਈ ਐਂ ਨਹੀਂ ਪਤਾ ਵਿਆਹ ਵਧਿਆ ਹੈਗਾ, ਨਹੀਂ ਇਹਨਾਂ ਨੂੰ ਪਤਾ ਨਾਂ ਦਾ, ਪਤਾ ਹੈ ਨਾਂ ਦਾ, ਨਾਂ ਲੈਣਾ ਨਹੀਂ ਚਾਹੁੰਦੀ, ਉਹ ਕਹਿੰਦੇ ਨਾਂ ਨਹੀਂ ਲੈਣਾ, ਔਰ ਨੂੰ ਪਤਾ ਹੈ ਕਮੈਂਟ ਪਲੀਜ਼, ਪਰ ਕੋਈ ਲੱਗਦਾ ਜੀ ਵਿੱਚ ਮੜਾ, ਪਤਾ ਕਰੋ ਵੀ ਇੱਕੋ ਖੈਰ 'ਚ ਕਿਹਨੇ ਖਿਲਾਰੇ ਪਾਏ ਹੈ। ਓ ਪਲੀਜ਼ ਕਮ ਔਨ ਬੇਬੀ। ਨੰਬਰ 6 ਕਰਨ ਵਾਲਾ ਦੁਖੀ ਹੈ, ਔਰ 4 ਮਹੀਨੇ ਦਾ ਬੱਚਾ ਪੇਟ ਦੇ ਵਿੱਚ ਹੈ, ਔਰ ਇਹ ਵੀ ਕਿਸੇ ਧੀ ਹੈ, ਔਰ ਇਹ ਕਹਿ ਰਹੀ ਹੈ ਕਿ ਮੈਂ ਇਹ ਬੱਚਾ ਸੱਚ ਦੱਸ ਰਹੀ ਹੈ ਕਿ ਇਹ ਮੇਰੇ ਹਸਬੈਂਡ ਦਾ ਨਹੀਂ ਹੈ, ਮੈਂ ਡਿਵੋਰਸ ਨਹੀਂ ਹੈ, ਇਹ ਇੱਕ ਮੈਨੂੰ ਮਿਲਿਆ ਮੁੰਡਾ ਲੜਕਾ, ਔਰ ਇਹਨਾਂ ਦੇ ਪ੍ਰੇਮ ਪੈ ਗਿਆ ਅਤੇ ਇਹਨਾਂ ਨੇ ਰਿਲੇਸ਼ਨ ਬਣਾ ਲਿਆ ਤੇ ਬੱਚਾ ਇਹਨਾਂ ਨੂੰ ਹੋ ਗਿਆ। ਹਾਂਜੀ ਨੰਬਰ 6 ਕਾਲਰ ਪਲੀਜ਼। ਹਾਂਜੀ ਬਾਸੀ ਸਾਹਿਬ, ਸਤਿ ਸ੍ਰੀ ਅਕਾਲ ਜੀ। ਭਾਈ ਆ, ਜਿਵੇਂ ਕਹਿੰਦੇ ਆ ਕਿ ਵੀ 2009 ਚ ਇੱਥੇ ਆਈ ਸੀਗੀ, ਜੇ ਕੈਲਕੂਲੇਸ਼ਨ ਲਾ ਕੇ ਚੱਲੀਏ, ਜੇ ਕਹਿੰਦੇ ਅੱਜ ਮੈਂ 45 ਸਾਲ ਦੀ ਆ, ਤੇ ਮਤਲਬ ਉਸ ਟਾਈਮ ਜਦ ਇੱਥੇ ਆਏ ਨੇ ਜਾਂ ਵਿਆਹ ਹੋਇਆ, ਆਲਮੋਸਟ 33 ਸਾਲ ਦੇ ਹੋਣਗੇ ਜੇ ਮੈਂ ਗਲਤ ਨਹੀਂ ਹੈਗਾ। ਮਤਲਬ ਕਿ ਇੰਡੀਆ ਇਹਨਾਂ ਨੇ 33 ਸਾਲ ਤੱਕ ਦੀ ਏਜ ਤੱਕ, ਜਾਂ 32 ਲਾ ਲਓ, ਚਲੋ 33 ਲਾ ਲਓ, ਜਿੰਨੀ 31 ਸਾਲ ਦੀ ਉਮਰ ਤੱਕ ਵਿਆਹ ਨਹੀਂ ਸੀ ਕਰਾਇਆ ਜਾ। ਹਾਂਜੀ, ਵਿਆਹ ਕਿਉਂ ਨਹੀਂ ਸੀਗਾ ਕਰਾਇਆ ਇੰਡੀਆ? ਅੱਛਾ, ਇਸ ਚੀਜ਼ ਦਾ ਜਵਾਬ ਦੇਣ। ਤੇ ਦੂਜੀ ਗੱਲ ਜੀ, ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇਹਨਾਂ ਦੇ ਘਰਦਿਆਂ ਨੂੰ, ਮਤਲਬ ਕਿ ਇਹਨਾਂ ਦੇ ਪੇਰੈਂਟਸ ਨੂੰ ਪਤਾ ਹੈਗਾ ਕਿ ਵੀ ਇਹ ਪ੍ਰੈਗਨੈਂਟ ਨੇ? ਓਕੇ, ਥੈਂਕ ਯੂ ਜੀ। ਹਾਂਜੀ, ਆਪਣੇ ਕਿਰਨ, ਤੁਹਾਨੂੰ ਪਤਾ ਹੈ ਤੁਹਾਡੇ ਰਿਸ਼ਤੇਦਾਰਾਂ ਨੂੰ ਤੁਸੀਂ ਬੱਚੇ ਦੀ ਮਾਂ ਬਣਨ ਵਾਲੇ ਹੋ? ਯਾ, ਮੇਰੇ ਕਜ਼ਨ ਬ੍ਰਦਰ ਨੂੰ ਪਤਾ, ਜਿਨ੍ਹਾਂ ਨਾਲ ਮੈਂ ਰਹੀ ਹਾਂ ਚੰਡੀਗੜ੍ਹ, ਉਹਨੂੰ ਪਤਾ, ਬਾਕੀ ਮੇਰੀ ਮੰਮੀ ਨੂੰ ਨਹੀਂ ਪਤਾ। ਵਾਈ ਡਿਡ ਯੂ ਟੋਲਡ ਯੂਰ ਮਾਮ ਕਿ 4 ਮਹੀਨੇ ਦਾ ਬੱਚਾ ਤੁਸੀਂ ਨਾਨੀ ਬਣਨ ਵਾਲੇ ਹੋ? ਕਹਿੰਦੇ ਮੰਮੀ ਨੂੰ ਦੱਸਿਆ ਹਜੇ, ਯਾ ਮੰਮੀ ਨੂੰ ਮੈਂ ਦੱਸਣਾ ਹੈ, ਪਰ ਮੈਂ ਮੇਰੇ ਕਜ਼ਨ ਬ੍ਰਦਰ ਨੂੰ ਪਤਾ ਹੈ। ਯਾ ਤੁਸੀਂ ਡਰਦੇ ਹੋ ਦੱਸਣ ਤੋਂ? ਤੁਸੀਂ ਦੱਸਿਆ ਕਜ਼ਨ ਬ੍ਰਦਰ ਨੂੰ ਕਿ ਬੱਚਾ ਕਿਹਦਾ ਹੈ?
हां जी जिधर तुम कहते भी अपने समाज च थोड़ा वह जोड़े पिंड च रेंदे है ना ते वो थोड़ा जिहा इस गल नूं लैके थोड़ा सोचूगे और मेरी मम्मी थोड़ी जी शरीफ जे ज्यादा शरीफ लोग हैगे आ मतलब कि अपने कल्चर नूं लैके सोचदे है ना ते तां करके मैं थोड़ा दस्सिया नहीं मैं दसूंगी मम्मी नूं अजकल दसण वाली हैगी पर मैं अपने जिथे मैं रही जिन्हां नाल मैं उन्हां नूं पता हैगा कि बच्चा है थानू पता है फॉर श्योर कि ये बच्चा है उस मुंडे दा जिन्हें तुसीं प्यार कीता हां जी सर अपने फिल्म दसती भी तू मेनू अच्छा लग्या दिखने च ऐदा फिर तुसीं बेबी ले लिया हां जी सर नंबर टू कॉलर प्लीज जसविंदर बोलो जी हां जी सत श्री अकाल वासी जी बोलो भैन जी की हो रहा है समाज में तो समझ नहीं आ रही मेनू तो यह लगता है कुड़ी बेचारी ना कहती है मैं डिप्रेशन से ये है नहीं डिप्रेशन नु कर दिता गया डिप्रेशन हां हां जी भैन जी थैंक यू सर मेरी बेटी लैके आवो लैके आवो जो हसबैंड वाइफ ना नहीं उन्होंने मैं लैंना इतने एडमिंटन चाहिए जो लैके आए दो हसबैंड वाइफ मेरी कुड़ी मेरे घर नाल टकाला मेरा हसबैंड आया आके मेनू कहंदे कहंदे जसविंदर तेनू अज ना कहंदे तू एक गल करनी है पुलिस आनी है ओनू तो यह गल कहनी है भी तू अपनी कुड़ी दे भी नाइफ मान लगी सी तू अपने भी नाइफ मान लगी सी फिर तू दो ही कहंदे असीं दोनों ने मर जाना फिर कहंदे एक गल पुलिस ने यह भी तेनू पुछना तेरा हसबैंड किन्ने घंटे काम करता कहंदे तू इको ही गल कहनी है भी मेरा हसबैंड सिर्फ अठ घंटे काम करता मैं कहा मैं ये तो मानती हाँ भी मैं अठ घंटे तो कह दूंगी मेरा हसबैंड अठ घंटे काम करता पर मैं ये पुलिस नू कदी नहीं मनूगी ਤੇ ਮੈਂ ਆਪਣੀ ਕੁੜੀ ਦੇ ਨਾਈ ਮਾਰਨ ਲੱਗੀ ਸੀ ਮੈਂ ਆਪਣੀ ਕੁੜੀ ਦੇ ਕਿੱਦਾਂ ਨਾਈ ਮਾਰੂੰਗੀ ਜੇ ਮੈਂ ਆਪਣੇ ਮਾਰਨ ਲੱਗੀ ਸੀ ਤੇ ਪੁਲਸਾਈ ਫਿਰ ਮੈਂ ਕਿਹਾ ਇਹ ਮੈਂ ਕਦੀ ਨਹੀਂ ਮੰਨੂਗੀ ਮੈਨੂੰ ਬਾਅਦ ਜਿਹੜਾ ਹਸਬੈਂਡ ਦਾ ਫਰੈਂਡ ਸੀ ਨਾ ਜਿੱਦਾਂ ਮੈਂ ਨਾ ਨਹੀਂ ਲੈਣਾ ਉਹਦਾ ਭਾਜੀ ਉਹ ਉੱਠ ਕੇ ਉਹਨੇ ਮੇਰੇ ਚਪੇੜ ਮਾਰੀ ਉਹਦੀ ਵਾਈਫ ਵੀ ਮੇਰਾ ਹਸਬੈਂਡ ਸਾਹਮਣੇ ਸੀ ਮੇਰੇ ਚਪੇੜ ਮਾਰੀ ਕਹਿੰਦਾ ਤੂੰ ਕਿੱਦਾਂ ਨਹੀਂ ਕਹਿਣਾ ਕਹਿੰਦਾ ਪੁਲਿਸ ਨੂੰ ਜਿੱਦਾਂ ਨਹੀਂ ਨਹੀਂ ਕਿੱਥੋਂ ਦੀ ਗੱਲ ਹੈ ਕਿੱਥੋਂ ਦੀ ਗੱਲ ਹੈ ਇਹ पर मैं जिन्ने दुख देखे ना पुलिस घर आई भाजी साल भर पुलिस घर आंदी ने जिले पुलिस ने आके डोर खड़कानी मेरे हसबैंड कहना डोर खोल जाके तेरे पुआड़े कहना पुलिस मैं कहा मैं थोड़ी पुलिस नूं फोन किया पुलिस तो तू तो तेरे हस तेरे फ्रेंड ने उहदी वाइफ ने लियांदी नाले कुड़ी नूं घर लैके आए नाले पुलिस आउण लगी भाजी बाद च मैनूं दस्सिया पुलिस ने आउणा तू उहनां नूं नहीं नहीं तुसीं पुलिस नूं दस्सिया सी जां नहीं आ कुछ कह रहे मैनूं ਨਹੀਂ ਭਾਜੀ ਮੈਂ ਕੁਛ ਨੀ ਮੈਂ ਸਿਰਫ ਤੁਹਾਨੂੰ ਮੈਂ ਕੁੜੀ ਦਾ ਕਹਿੰਦੀ ਇਹਦੀ ਹੈਲਪ ਕਰੋ ਸਾਰੇ ਕੰਮ ਨਹੀਂ ਨਹੀਂ ਤੁਸੀਂ ਤੁਹਾਡਾ ਹਸਬੈਂਡ ਕਿੱਥੋਂ ਇੰਡੀਆ ਤੋਂ ਕਿੱਥੋਂ ਤੁਹਾਡਾ ਹਸਬੈਂਡ ਹੁਸ਼ਿਆਰਪੁਰ ਆ ਭਾਜੀ ਖਾਸ ਹੁਸ਼ਿਆਰਪੁਰ ਨਹੀਂ ਤੁਹਾਡੇ ਹਸਬੈਂਡ ਕਿੱਥੋਂ ਦਾ ਆਇਆ ਮੇਰਾ ਹਸਬੈਂਡ ਜਿੱਦਾਂ ਹੁਣ ਵੈਨਕੂਵਰ ਰਹਿੰਦਾ ਪਰ ਮੈਂ ਨਾਂ ਨਹੀਂ ਉਹਦਾ ਲੈਣਾ ਉਹਨੇ ਘਰ ਬਸਾ ਲਿਆ ਮੈਂ ਕਹਿੰਦਾ ਨਹੀਂ ਨਹੀਂ ਉਹ ਕਿੱਥੋਂ ਦਾ ਪੰਜਾਬ ਤੋਂ ਭਾਜੀ ਉਹ ਗਰਾਇਆਂ ਦੇ ਕੋਲ ਦਾ ਮੈਂ ਨਾਂ ਨਹੀਂ ਲੈਣਾ ਨਹੀਂ ਨਹੀਂ ਗਰਾਇ ਤੁਹਾਨੂੰ ਦੱਸਣਾ ਪੈਣਾ ਨਹੀਂ ਤੇ ਮੈਂ ਪੁਲਿਸ ਨੂੰ ਫੋਨ ਕਰਨਾ ਤੁਹਾਨੂੰ ਚਾਰਜ ਕਰਾ ਆਈ ਵਿਲ ਕਾਲ ਦੀ ਪੁਲਿਸ ਕੋਈ ਤੁਸੀਂ ਮਿਸਿਸ ਆਮ ਸੌਰੀ ਬਿਕਾਜ਼ ਤੁਸੀਂ ਮਿਸ ਯੂਜ਼ ਕਰ ਰਹੇ ਸਿਸਟਮ ਨੂੰ ਯੂ ਹੈਵ ਟੂ ਆਪਸ਼ਨ ਸਰ ਸੱਚੇ ਬੰਦੇ ਨੂੰ ਉਹ ਝੂਠੇ ਕਿਹਾ ਜਾਂਦਾ ਹੈ ਆਈ ਸੀ ਓਕੇ ਕਰਨ ਵਾਲਾ ਪਲੀਜ਼ ਸਟਾਪ ਇਟ ਨੰਬਰ 3 ਕਾਲਰ ਪਲੀਜ਼ ਹਾਂਜੀ ਵਾਸੀ ਜੀ ਜਿੱਦਾਂ ਕਰਨ ਵਾਲਾ ਦੱਸ ਰਿਹਾ ਵੀ ਲੰਬਾ ਲੰਝਾ ਚੌੜਾ ਗੱਭਰੂ ਜਵਾਨ ਆ ਨਾ ਇਹਨਾਂ ਦਾ ਬੁਆਏਫ੍ਰੈਂਡ ਕਿਤੇ ਆਪਣੇ ਕਬੱਡੀ ਵਾਲੇ ਚੋਬਰ ਦੀ ਕਾਰਵਾਈ ਤਾਂ ਨਹੀਂ ਹੈਗੀ ਜੀ
आई डोंट नो। नंबर फोर कॉलर प्लीज। नंबर फोर कॉलर। हाँ जी बासी साहब, मनप्रीत बोल रहा है ब्रैम्पटन तो। जी मैं बस ये दसना सीगा कि आपां अज्यूम करते पे हैं कि मतलब जिदा कहंदे सीगे प्रेगनेंट है, बट एक इन्होंने कहा सी मेंशन कीता सीगा कि ये डॉक्टर कोल गए सीगे ते वो भी कहंदे पे ने कि श्योर मतलब कुछ होर चीज है, इट्स नॉट अ प्रेगनेंसी है ना। ते मैनूं थोड़ा जिहा साइकोलॉजिकल केस लगता पे कि मे बी आई होप नॉट, बट कुछ मतलब जो दवाइयां खांदे ने तुसीं एक वारी मेक श्योर करो कि यू नो इट्स नॉट डिप्रेशन। थैंक यू सो मच जी। हाँ जी आप अभी मैं पूछना चाहनी है ये ना उधर जोगी ना रही ना उधर जोगी रही ये दस्ती है ना उनको दस्ते ना इतना ये ने मत्थे ते कलांक लाया कर ये डालू ये एकदम एकदम चाहिए था नहीं है ना हम उधर जोगी ना करने वाला जब तू दस्तर तो पहना ही है हम हॉस्पिटल बैठे कि ये बच्चा जड़ा पेट दे बैठे किए था या ये था इधर एडी बेव कुछ भी तू उधर चाहे ब्याह करा के तो उधर अपना कुछ कर तू पहले लग पे अगला हम तो फोन भी नहीं करता ਨੇ ਹੁਣ ਬੱਚਾ ਜਿਹੜਾ ਆਇਆ ਡੀਐਨਏ ਟੈਸਟ ਹੋਊਗਾ ਤੇ ਇਹ ਬੱਚੇ ਨੂੰ ਪੈਸੇ ਦੇਣੇ ਪੈਣੇ ਉਹਨੂੰ ਜਿਹੜਾ ਬੱਚਾ ਹੈ। ਬਹੁਤ ਗਲਤ ਕੰਮ ਕੀਤਾ ਇਹ ਕੁੜੀ ਨੇ, ਬਹੁਤ ਜ਼ਿਆਦਾ ਕੀਤਾ। ਨਾਲੇ ਕੁੜੀ ਥੋੜੋ ਇਹ ਬਾਲਾ ਜੀ ਤੁਸੀਂ 41 ਸਾਲ ਦੇ ਹੋ ਗਏ ਹੋ। ਹਾਂਜੀ ਸਰ। ਨਹੀਂ ਤੇ ਹਾਂ ਅੱਜ ਤੁਸੀਂ ਅੱਧੀ ਬੁੱਢੀ ਹੋ ਗਈ ਹੈ। ਰਾਜੇ ਦਿਨ ਤੁਹਾਨੂੰ ਰਹਿਣਾ ਹੈ। बस जी मैनू एक गल याद आ गई। एक बार किसी लेडी नू किसी ने कहा कि तेरे घर वाला भी गलत करता पाया तेरे नाल, तेनू चीट करता पाया, तो वह कहती हाए मैं तो लुट्टी गई पट्टी गई, तो मैं हुण आपदे बॉयफ्रेंड नू कहूँगी भी तू उत्ते निगाह रखी। लोगों का काम यही है दूजियां तो एक्सपैक्ट करते हैं कि वह साढ़े नाल रिश्ता वधिया लगे रखे, तो असी आप जो मर्जी कर दे रही है। तो बाकी मैं सिर्फ इन्ना कहूँगा कि दो चीज़ों के बेस से जिंदगी जी चलती सीगी, कि एक शर्म होंगी सी ते एक रिश्ते होंगे सके कलीन हो तो जिन्हों की रिश्त की जिन्हों की जिंदगी रिश्त तो शर्म की वैल्यू मुक गई है, तो वह यहोजे उबड़ खबड़ रस्त आपकी जिंदगी उलझा लैणगे जी। और गल पंजाब साहब 2:14 शार्पली सर जी फोन करना। जी बिल्कुल जी 12:14 जी जी मेहरबानी जी। भैन जी तुम हम की कहना चाहते हो, औरत की करे लड़की की करे? नंबर फाइव कॉलर प्लीज। फाइव कॉलर तुसी सलाह दियो इस लड़की नू करने वाला बड़े डिसपॉइंटेड ने, बोलो। सर जी मैं पूछना चाहना, मैंने तो एक चमकीले का गाना याद आ गया। प्लीज डोंट से दैट, कम ऑन, कोई गाना नहीं, एक सीरियस औरत या गल करनी है, चमकीले दे गाने जां होर गाने मेरे गल ना करो, सीरियस है, फैमिली सुनाणियां आ, और जो गल करदे हो सीरियस कॉल करो, क्योंकि सानू परिवार जिहड़े ने मैनू लाणता पा रहे ने कि बासी जी तुसी इन्हां लोकां नू रोकदे क्यों नहीं हो, सीरियस गल करो, कॉमेंट दियो, कोई चमकीले दे गाना किसे दा गाना जिहड़ा आ इहो जी गल्लां विच ना लाओ, इह भी इक समाज विच ही आ, पता नहीं खरे डिप्रैशन आ कर की आ, पर शी इज़ प्रैगनेंट, और इहने अपनी फोटो भेजी आ प्रैगनेंसी दियां, और असीं दिखा सकदे इक प्रैगनेंसी पिक्चर दिखा सकदे इस बच्चे दी। नंबर फोर कॉलर प्लीज। और किसी किसी धी नूं गाणे दे नाल नाल तो लो प्लीज, जे डिप्रैशन भी है तां वी इह भी किसे दी धी आ, प्लीज गाणे नाल मजाक करना ठीक नहीं है। नंबर फोर कॉलर इन्हां दी जी। हाँ जी वैसे मैंने लगता लाइक काफी टाइम कले रहे है ना, डिप्रेशन च भी रहे, ते जो इन्हों कोई होप मिली तो इन्होंने सोचा कि हूं मैं इन्ना चिर कली रह गई हाँ, हूं अगर मेरा कुछ गाह हो जाए तो फिर इन्होंने तो बेबी लै लिया कि चलो बुढ़ापे च कोई सारा भी हो जाऊगा, नाले इन्ना चिर कले रहे ने, मे बी ए मेरी थिंकिंग कहन वाला। जब तुम मुंडे ने रिलेशन बनाए है तो दस्या कि मैं बेबी लेना तेरा? नहीं वो कितने मनोगा, वो तो सच च हो गया, उन्हें कितने मनना सी वो बेबी वास्ते, नो मदर है बच्चा तेन होना ना उस मुंडे होना, तू यू नो दैट के जूअर हम मैं की कहां तू साडी धीआं वर्गी है, तू बच्चा लिया क्यों किसी बगाने आदमी दा? सर मैनूं 3 महीने बाद दा फील होया कि मैं प्रेगनेंट होई वी है। ओह माय गॉड, वेरी सैड पार्ट। नंबर 3 कॉलर प्लीज। हेलो, कहंदे हुंदे ने जी रब दा ही नां चंगा लईए ओह वी तां चंगा। नंबर 3 क्योंकि असीं देखो सीरियस मैटर ते जा रहे हैं। नंबर 3 कॉलर प्लीज। नंबर 3 कॉलर, कॉलर नंबर 3 लाइन ते आप जी। नंबर 2 कॉलर प्लीज। सत श्री अकाल जी। जी मैं कहा इहदी पूरी इहदी अपनी गलती आ, जे हुण उस मुंडे दा न्याणा बणाया उहदा कसूर नहीं, मां दी अपना कसूर, मां दी इहदा मतलब इहनूं उहनां कोई पैसे पुसे उहतों लए होणे आ, फिर मेरे इहने पैसे दे दे मैं ना कर लां,
ਉਹਨੂੰ ਮੁੰਡੇ ਨੂੰ ਵੀ ਲਿਆਓ ਤੇ ਇਹਦੇ ਘਰ ਵਾਲੇ ਨੂੰ ਵੀ ਲਿਆਓ ਜੀ, ਫਿਰ ਪਤਾ ਲੱਗਣਾ ਇਹਦੇ ਘਰ ਵਾਲੇ ਨੂੰ ਵੀ ਤਦ ਨਹੀਂ ਰੱਖਿਆ ਹੋਣਾ, ਉੱਥੇ ਵੀ ਇੱਦਾਂ ਬੁਆਏਫ੍ਰੈਂਡਾਂ ਨੇ ਫਿਰਦੀ ਹੋਣੀ ਹੈ, ਤਦ ਇਹ ਕੋਈ ਗੱਲ। ਆਈ ਡੋਂਟ ਨੋ ਕਿਰਨ ਬਾਲਾ, ਜ਼ਿੰਦਗੀ ਵਿੱਚ ਜਾਣੇ ਜਾਣੇ ਤੇ ਤੋਂ ਗਲਤੀ ਤਾਂ ਨਹੀਂ ਕੋਈ, ਤੁਸੀਂ ਹੋਰ ਕਿਸੇ ਬੱਚਿਆਂ ਨਿਆਣੇ ਦੇ ਮੁੰਡਿਆਂ ਦੇ ਚੱਕਰ ਵਿੱਚ ਤਾਂ ਨਹੀਂ ਸਕੇ? ਨਹੀਂ ਸਰ, ਮੈਂ ਇੱਦਾਂ ਚੱਕਰਾਂ 'ਚ ਨਹੀਂ ਪਈ ਹਾਂ। ਨਹੀਂ, 25 ਸਾਲ ਦੀ ਉਮਰ 'ਚ ਵਿਆਹ ਕਰਾਇਆ ਇੰਡੀਆ ਵਿੱਚ, ਤੁਸੀਂ ਫਿਰ 9 ਸਾਲ ਬੱਚਿਆਂ ਲਿਆ, ਹੁਣ ਜੇ ਬੱਚਾ ਲਿਆ ਤਾਂ ਕਿਸੇ ਹੋਰ ਦਾ ਬੱਚਾ ਲੈ ਲਿਆ, ਹੁਣ ਤੁਹਾਡੇ ਅਸਲੀ ਹਸਬੈਂਡ ਤੋਂ ਡਿਵੋਰਸ ਤਾਂ ਨਹੀਂ ਲਿਆ, ਤੁਸੀਂ ਉਹਨੂੰ ਪਤਾ ਹੈ ਕਿ ਤੁਸੀਂ ਪ੍ਰੈਗਨੈਂਟ ਹੋ? ਨਹੀਂ ਸਰ, ਉਹਨੂੰ ਨਹੀਂ ਪਤਾ। ਨਾ ਉਹਨੂੰ ਪਤਾ ਆ, ਨਾ ਜਿਹਨੇ ਬੱਚਾ ਕੀਤਾ ਨਾ ਉਹਨੂੰ ਪਤਾ ਆ, ਉਹਦੇ ਨਾਲ ਜੀ ਫਿਰ ਗੱਲ ਨਹੀਂ ਹੁੰਦੀ ਇੰਨੀ। ਇੱਕ ਦੋ ਵਾਰ ਮੈਂ ਕੀਤੀ, ਮੈਂ ਉਹ ਬੈਂਕ ਦਾ ਚੱਕਰ ਪਿਆ ਤਾਂ ਕੀਤੀ ਸੀ ਮੈਂ। ਤੁਹਾਡੇ ਕੋਲ ਉਹ ਹੈਗਾ ਦੂਸਰਾ ਕੀ ਨਾਂ ਆ ਉਸ ਮੁੰਡੇ ਦਾ, ਨੰਬਰ ਐਡਰੈਸ ਵਗੈਰਾ ਹੈਗਾ? ਕਿਹੜੇ ਮੁੰਡੇ ਦਾ? ਘਰ ਵਾਲੇ ਤਾਂ ਮੇਰੇ। ਨਹੀਂ ਨਹੀਂ, ਜਿਹਦਾ ਬੱਚਾ ਲਿਆ। ਨਹੀਂ ਜੀ, ਮੇਰੇ ਕੋਲ ਹੈ ਨੀ ਉਹਦਾ ਨੰਬਰ ਵੀ ਮੈਂ ਚੇਂਜ ਕਰ ਲਿਆ, ਪਤਾ ਨੀ ਕਿੱਥੇ ਗਿਆ। ਤਾਂ ਕੋਈ ਫੋਟੋ ਹੈਗੀ ਉਹਦੀ? ਨਹੀਂ, ਫੋਟੋ ਮੈਂ ਫੋਟੋ ਦਾ ਮੌਕਾ ਹੀ ਨਹੀਂ ਮਿਲਿਆ, ਨਾ ਮੇਰਾ ਦਿਮਾਗ ਸੀ ਇੰਨਾ ਕਿ ਮੈਂ ਇਹਦੀ ਫੋਟੋ ਵੀ ਲੈ ਲਵਾਂ। ਓ ਮਾਈ ਗੋਡ, ਨਾ ਤੁਹਾਡੇ ਕੋਲ ਬੱਚੇ ਦੀ ਉਹਦੀ ਜਿੰਨਾ ਤੁਸੀਂ ਬੇਬੀ ਲਿਆ ਆ ਉਹਦੀ ਫੋਟੋ ਆ, ਉਹਦੇ ਕੋਲ ਜਿਹੜਾ ਉਹਦਾ ਪੁਰਾਣਾ ਨੰਬਰ ਹੈ ਤੁਹਾਡੇ ਕੋਲ? ਮਤਲਬ ਪ੍ਰਾਈਵੇਟ ਨੰਬਰਾਂ ਤੋਂ ਕੋਈ ਕੰਟਰੈਕਟ ਹੁੰਦਾ ਜੀ? ਪਤਾ ਨਹੀਂ ਉਹਨੇ ਕੋਈ ਗੇਮ ਜੀ ਚੱਲੀ ਮੇਰੇ ਨਾਲ, ਮਤਲਬ ਕਿ ਆਈ ਡੋਂਟ ਨੋ ਉਹਨੇ ਕੀ ਕੀਤਾ, ਨਾ ਮੈਨੂੰ ਨਾ ਕੋਈ ਨੰਬਰ ਦਿੱਤਾ, ਅਸੀਂ ਮਾਲ 'ਚ ਹੀ ਮਿਲੇ ਇੱਕ ਦੋ ਵਾਰ, ਮੈਨੂੰ ਅਸੀਂ ਗੱਡੀ 'ਚ ਰਿਲੇਸ਼ਨ ਬਣਾਏ ਇੱਕ ਦੋ ਵਾਰ, ਤੇ ਅਸੀਂ ਹੋਟਲ ਮੈਨੂੰ ਲੈ ਗਿਆ, ਪਤਾ ਨਹੀਂ ਏਦਾਂ ਸਾਡੇ ਰਿਲੇਸ਼ਨ ਬਣੇ। ਉਹਨੇ ਮੈਨੂੰ ਪ੍ਰਾਈਵੇਟ ਨੰਬਰ ਤੋਂ ਕਾਲ ਕੀਤਾ, ਮਤਲਬ ਕਿ ਤੁਹਾਨੂੰ ਹੋਟਲ ਲੈ ਕੇ ਗਿਆ, ਹੋਟਲ ਦੇ ਵਿੱਚ ਤੁਸੀਂ ਬੇਬੀ ਲਿਆ? ਹੋਟਲ 'ਚ ਐ ਨਹੀਂ ਪਤਾ ਸੀ ਕਿਹੜਾ ਹੋਟਲ ਸੀ, ਰਾਤ ਨੂੰ ਗਏ ਸੀ ਜਾਂ ਐਂਡ ਦੈਨ ਫਿਰ ਨਾਲੇ ਸਾਡੀ ਗੱਡੀ 'ਚ ਰਿਲੇਸ਼ਨ ਜ਼ਿਆਦਾ ਬਣੇ ਆ ਭਾਰਤੀ, ਮਤਲਬ ਕਿ ਗੱਡੀ 'ਚ ਮਤਲਬ ਕਿ ਮਤਲਬ ਕਿ ਰਿਲੇਸ਼ਨ ਸਾਡੀ ਗੱਡੀ 'ਚ ਬਣੇ ਆ ਕਾਰ 'ਚ। ਚਲੋ ਭੈਣ ਜੀ ਠੀਕ ਆ, ਤੁਸੀਂ ਹੁਣ ਇੰਨਾ ਓ ਮਾਈ ਗੋਡ ਦ ਵੈਰੀ ਸੈਡ ਪਾਰਟ, ਬਹੁਤ ਸਾਨੂੰ ਬੀਬੀਆਂ ਭੈਣਾਂ ਸੁਣਦੀਆਂ ਜੀ ਹਾਂ। ਨੰਬਰ ਤੁਹਾਨੂੰ ਇੱਕ ਗੱਲ ਤੋਂ ਥੋੜਾ ਜਿਹਾ ਬਾਏ ਲਾਅ ਦੀ ਵੀ ਤੁਹਾਨੂੰ ਗੱਲ ਦੱਸਣਾ ਚਾਹੁੰਦੇ ਕਿ ਜਿਸ ਤਰ੍ਹਾਂ ਤੁਸੀਂ ਸਾਰੀ ਇਹ ਗੇਮ ਜੀ ਟ੍ਰੈਪ ਜੀ ਬਣਾਈ ਜਾਂਦੇ ਹੋ ਨਾ, ਜੇ ਕਿਤੇ ਇਸ ਕੇਸ ਦੀ ਸਾਰੀ ਇਨਵੈਸਟੀਗੇਸ਼ਨ ਹੋ ਜੇ ਤਾਂ ਕਿਤੇ ਨਾ ਕਿਤੇ ਤੁਹਾਡਾ ਕਸੂਰ ਨਿਕਲ ਕੇ ਤੇ ਤੁਸੀਂ ਵੀ ਚਾਰਜ ਹੋ ਸਕਦੇ। ਤੁਹਾਨੂੰ ਯਾਦ ਹੀ ਕੁਛ ਨਹੀਂ, ਗਜਨੀ ਮੂਵੀ ਥੋੜੀ ਚੱਲ ਰਹੀ ਹੈ ਜੀ ਇਹ, ਕਿ ਆਪਾਂ ਹਰ ਚੀਜ਼ ਰਿਜੈਕਟ ਕਰ ਰਹੇ, ਰਾਜੇ ਆਏ ਨਾ ਕਰੋ, ਵਧੀਆ ਨਹੀਂ ਲੱਗਦਾ, ਤੇ ਸ਼ਬਦਾਂ ਦੀ ਸਾਫ਼ ਪਲੀਜ਼ ਚੋਣ ਕਰੋ, ਸਾਡੀਆਂ ਭੈਣਾਂ ਸਾਡੀਆਂ ਮਾਵਾਂ ਦੇਖ ਰਹੀਆਂ ਘਰਾਂ ਦੇ ਵਿੱਚ। ਨੰਬਰ 6 ਕਾਲਰ ਕੀ ਹੋਇਆ ਉਹ ਤੁਹਾਨੂੰ ਪਤਾ ਜੀ, ਬਸ ਨੰਬਰ 6 ਕਾਲਰ ਪਲੀਜ਼। ਅਸੀਕਾ ਬਸ ਸਾਹਿਬ ਜੀ ਪ੍ਰੋਸੀਡ ਕਰੋ ਪਲੀਜ਼। ਸੋ ਸਾਹਿਬ ਉਹਨਾਂ ਨੂੰ ਲਾਈਨ ਚੈੱਕ ਕਰੋ ਜਿਨ੍ਹਾਂ ਨੇ ਬੋਲਣਾ ਪਲੀਜ਼। ਜੀ ਵੀ ਸਰ, ਗੁੱਡ ਮਾਰਨਿੰਗ ਜੀ। ਜੀ ਜੀ ਸਰ, ਮੈਨੂੰ ਤਾਂ ਚੋਰੀ ਚੇਤਾ ਆ ਗਈ ਜੀ, 2 ਸਾਲ ਬਾਅਦ ਤੁਸੀਂ ਕਵਰ ਨਹੀਂ ਕੀਤੀ ਸੀਗੀ ਇੱਕ ਜਿਹੜੀ ਕੁੜੀਆਂ ਉਹ ਸਟੈਟ ਪਾਰਟੀ ਦੀ ਗਈਆਂ ਸੀਗੀਆਂ, ਆਪਾਂ ਨੂੰ ਯਾਦ ਹੋਣਾ ਮੀਡੀਆ ਨਾ, ਤੁਸੀਂ ਇਸ ਮੁੱਦੇ ਤੇ ਗੱਲ ਕਰੋ। ਮੈਂ ਉਹੀ ਗੱਲ ਕਰਨ ਲੱਗਿਆ ਬਾਸੀ ਜੀ, ਮੈਂ ਤਾਂ ਇਹ ਪੁੱਛਣਾ ਚਾਹੁੰਦਾ ਭੈਣ ਜੀ ਨੂੰ ਕਿ ਇਹਨਾਂ ਨੇ ਫਿਊਚਰ ਦਾ ਸੋਚਿਆ ਕੀ ਹੈ, ਕਿ ਜਿਹੜਾ ਇਹਨਾਂ ਨੇ ਬੇਬੀ ਲਿਆ ਕੁਛ ਸੋਚ ਕੇ ਲਿਆ ਹੋਣਾ ਨਾ, ਕਿ ਇਹਨਾਂ ਦਾ ਮਤਲਬ ਅੱਗੇ ਨੈਕਸਟ ਪਲਾਨ ਕੀ ਹੈਗਾ? ਮੈਂ ਨਾ ਗੱਲ ਕਰਾਇਆ ਮਾੜੀ ਇੱਕ ਮਿੰਟ ਲਈ। ਕਰੋ ਕਰੋ ਗੱਲ ਜਲਦੀ ਕਰੋ, ਮੈਨੂੰ ਸਮੱਸਿਆ 5 ਮਿੰਟ। ਜੋ ਤੁਹਾਡਾ ਮਤਲਬ ਤੁਸੀਂ ਬੇਬੀ ਲਿਆ, ਚਲੋ ਤੁਹਾਡੀ ਆਪਣੀ ਇੱਛਾ ਸੀਗੀ ਹੈ ਨਾ, ਬਹੁਤ ਕੁਛ ਚੱਲਦਾ ਹੈਗਾ, ਆਪਾਂ ਹੁਣ ਜੋ ਹੈਗਾ ਤਾਂ ਗਲਤ ਹੀ, ਆਪਾਂ ਇਹ ਤਾਂ ਕਹਿ ਨਹੀਂ ਸਕਦੇ ਕਿ ਤੁਸੀਂ ਸਹੀ ਕੀਤਾ, ਕਿ ਚਲੋ ਤੁਹਾਡੀ ਚੁਆਇਸ ਸੀਗੀ, ਤੁਸੀਂ ਬੇਬੀ ਕਿਸੇ ਹੋਰ ਦਾ ਲੈ ਲਿਆ, ਦੈਟਸ ਫਾਈਨ। ਪਰ ਤੁਸੀਂ ਸੋਚ ਕੇ ਲਿਆ ਕਿ ਇਹਦਾ ਨੈਕਸਟ ਪਲਾਨ ਕੀ ਹੈਗਾ, ਕਿ ਤੁਸੀਂ ਹੁਣ ਸਿਰਫ ਮਤਲਬ ਆਪਣੇ ਬੇਬੀ ਨਾਲ ਟੇਕ ਕੇਅਰ ਕਰਨੀ, ਜ਼ਿੰਦਗੀ ਕੱਢਣੀ, ਜਾਂ ਨੈਕਸਟ ਤੁਸੀਂ ਸੋਚਿਆ ਹੋਇਆ ਕਿ ਮੈਂ ਹੋਰ ਵਿਆਹ ਕਰਾਉਣਾ ਕਿਤੇ? ਹਾਂਜੀ ਆਪਣੇ ਬੋਲੋ ਬਾਲਾ ਜੀ, ਕੀ ਕਰਨਾ ਚਾਹੁੰਦੇ ਤੁਸੀਂ? ਹਾਂਜੀ ਮੈਂ ਆਪਣੇ ਬੇਬੀ ਦੀ ਟੇਕ ਕੇਅਰ ਕਰਨਾ ਚਾਹੁੰਦੀ ਹਾਂ। ਕਰਨ ਵਾਲਾ, ਜਿਸ ਤੁਸੀਂ ਗੱਡੀ ਦੇ ਵਿੱਚ ਜਾਂਦੇ ਸੀ ਜਾਂ ਤੁਹਾਨੂੰ ਪਿਕ ਕਰਦਾ ਸੀ ਜਾਂ ਤੁਸੀਂ ਕਰਦੇ ਸੀਗੇ, ਉਸ ਗੱਡੀ ਦਾ ਤੁਹਾਨੂੰ ਟੈਲੀ ਪਲੇਟ ਨੰਬਰ ਪਤਾ ਆ? ਕੁਛ ਨਹੀਂ ਪਤਾ ਜੀ, ਨੇਰੇ ਜੀ ਜਾਂਦੇ ਸੀ ਅਸੀਂ, ਮੈਨੂੰ ਉਹ ਚੀਜ਼ਾਂ ਮੇਰੇ ਦਿਮਾਗ 'ਚ ਮੇਰੇ ਮਾਇੰਡ 'ਚ ਹੈ ਹੀ ਨਹੀਂ ਕਿਹੜੀ ਗੱਡੀ ਹੈ ਕੀ ਹੈਗਾ ਹੈ, ਕਦੀ ਉਹ ਕਾਲੀ 'ਚ ਆਉਂਦਾ ਸੀ ਕਦੀ ਉਹ ਚਿੱਟੀ 'ਚ ਆਉਂਦਾ ਸੀ ਏਦਾਂ। ਨਹੀਂ ਨਹੀਂ, ਮੇਰਾ ਕੁਐਸਚਨ ਪੁੱਛਣ ਦਾ ਇਹ ਆ ਕਿ ਆਈ ਵੁੱਡ ਮੇਕ ਸ਼ੋਰ ਕਿ ਕੱਲ ਨੂੰ ਪੁਲਿਸ ਸਾਨੂੰ ਕਾਲ ਕਰਦੀ ਹੈ ਕੋਈ ਵੀ ਡਿਪਾਰਟਮੈਂਟ ਹੈ, ਆਈ ਸ਼ੁੱਡ ਬੀ ਐਜ਼ ਜਰਨਲਿਜ਼ਮ ਦੇ ਵਿੱਚ, ਜਰਨਲਿਸਟ ਦੇ ਵਿੱਚ ਸਾਨੂੰ ਪਤਾ ਹੋਣਾ ਚਾਹੀਦਾ ਅਸੀਂ ਡਿਗ ਆਊਟ ਕਰ ਸਟੋਰੀ ਨੂੰ, ਤੁਹਾਡੇ ਕੋਲ ਨੰਬਰ ਵੀ ਹੈ ਨਹੀਂ ਗਾ, ਪ੍ਰਾਈਵੇਟ ਨੰਬਰ ਹੈ, ਜੇ ਕੋਈ ਪੁਰਾਣਾ ਨੰਬਰ ਹੋਵੇ ਜੇ ਉਹਨੇ ਬੰਦ ਕਰਤਾ ਹੋਵੇ ਅਸੀਂ ਫਾਈਂਡ ਆਊਟ ਕਰ ਸਕਦੇ ਹਾਂ, ਤੁਹਾਨੂੰ ਉਹਦਾ ਨਾਂ ਦਾ ਵੀ ਨਹੀਂ ਪਤਾ, ਕੀ ਪਤਾ ਕੀ ਉਹ ਨਾਂ ਕੀ ਕਹਿੰਦਾ ਸੀਗਾ ਤੁਹਾਨੂੰ ਪਤਾ, ਸ਼ੋਰ ਜਿਹੜਾ ਕਹਿ ਰਹੇ ਸੀ ਉਹੀ ਨਾਂ ਸੀ ਉਹਦਾ, ਇਹਦਾ ਮਤਲਬ ਨਾਂ ਵੀ ਗਲਤ ਦੱਸਦਾ ਹੋਣਾ, ਉਹ ਹੋ ਸਕਦਾ ਸਰ ਗਲਤ ਦੱਸਦਾ ਹੋਵੇ, ਤੇ ਤੁਹਾਨੂੰ ਇਹ ਵੀ ਨਹੀਂ ਪਤਾ ਉਹ ਰਹਿੰਦਾ ਕਿੱਥੇ ਆ, ਉਹ ਵੀ ਨਹੀਂ ਪਤਾ। ਨੋ ਸਰ, ਹੋ ਸਕਦਾ ਕਿ ਉਸ ਸਿਟੀ ਦੇ ਵਿੱਚ ਮੂਵ ਹੋ ਗਿਆ ਹੋਵੇ, ਹੁਣ ਮੈਨੂੰ ਲੱਗਦਾ ਸਰ ਹੈ ਨਹੀਂ ਇੱਥੇ ਉਹ। ਤੇ ਤੁਸੀਂ ਹੁਣ ਮਾਂ ਤੁਸੀਂ ਫਿਰ ਬੱਚੇ ਦਾ ਜੋ ਨਾਂ ਦਿਓਗੇ ਹਸਪੀਟਲ ਵਿੱਚ, ਨਾਂ ਫਿਰ ਕਿਹਦਾ ਦਿਓਗੇ? ਉਹਦਾ ਹੀ ਦਿਓਗੇ ਸਰ। ਨਹੀਂ ਉਹਦਾ ਕਿਹਦਾ? ਇਹਦਾ ਬੱਚਾ ਹੈਗਾ ਸਰ, ਜਿਹੜਾ ਨਾਂ ਦੱਸਿਆ ਉਹਨੇ ਮੈਨੂੰ। ਤੁਹਾਨੂੰ ਤਾਂ ਨਾਂ ਹੀ ਨਹੀਂ ਪਤਾ ਕਿ
ब्राउन रंग है, क्लीन शेप है? हाँ जी सर। मोटा है पतला है? दरमियाना जिहा। दरमियाना किन्नी हाइट दा है? ओनी होनी है 6 फुट दा होना। 6 फुट दा होगा? नहीं सॉरी 6 दा नहीं 5 10 और 11 मीटर। क्योंकि हम वेरी हार्ड है तुसी जाके जो बच्चे ने जन्म देना बेटा है उदो हम तुम पता नहीं। आई एम नॉट श्योर कि थोन उस बच्चे का पता है कि वह मुंडे का नाम की है। सो तुसी संदीप कह रहे हो उन दस से मेरा पिंड केड़ा है वह कदम भी दस होगा जो प्राइवेट फोन करता वह नाम भी गलत दस होगा। ये मतलब कारा जी चेंज करके लिया कारा जड़िया हो सकता उस सिटी में ना रहा हो बहरली सिटी में रहा हो। बिलकुल हैरान बैठी है इस वक्त। तुहानू बस यही एडवाइस दूंगा रब का नाम जपो जे हिसाब ना अपनी इस कम्यूनिटी साड़ी पंजाबी कम्यूनिटी नू इस प्लेटफॉर्म से आके गल्लां दस रहे हैं भी तां मैं होटलां च मैं गड्डियां च तुसी सोचो अपना बच्चा तुहाडा इह जिहड़ा बासी जी दा शो है यूट्यूब ते रहना का ऑलवेज वास्ते 100 ईयर्स वास्ते रहूगा। बाद चो 10-15 साल बाद तुहाडा बच्चा देखूगा बासी जी दा शो भी किदां लोकी खोल उड़ाउंदे सी या तुसी अपनी इदां दी गल दस्सदे सी। जस्ट तुसी इह सोचो भी बच्चे दा फ्यूचर किदां होऊगा बच्चे दे बाप लभना चाहते हो तुहानू पता कासे चीज का भी नहीं। सो साडे लीगल पैनल तो भी कुछ सानू कॉल्स आ रही ने बासी साहब स्टोरी बारे। सो प्लीज आपां कमर्शियल लै लेने चाहिए। हां जी जस्ट आई एम टेकिंग 2 मिनट बिफोर वी वाइंड दी स्टोरी कि वाइंड करते पहला वी शुड हैव रिजल्ट सम एनी हाउ। नंबर 4 कॉलर प्लीज। हेलो हेलो बासी साहब जी बोलो भैन जी। बड़े दुखी है स्टोरी तो बोलना चाहती हाँ हूं बच्चा हो गया हूं बच्चा ले लिया और हैप्पी भी इस बच्चे नाल ते तुसी हुण इन्ना नहीं साडे क्लाइंटा नूं जां एदां कहना चाहिए बच्चा क्यों लिया लै लिया वह कहिंदी अचानक हो गया तो उत्थे हुण गल सी नहीं छापी उहनूं पता ही है प्यो दा पता हुंदा लेडी नूं प्यो दा। हुण भैन जी मैं कंसर्न है कि इह बेचारी मैनूं डायरेक्ट डिप्रैशन च नहीं होवे होवे डिप्रैशन च भी हो सकती पर जे बच्चा हो जाओ कई बार बच्चे होण नाल ना लेडी दी जिहड़ी मैंटल हैल्थ जिहड़ी आ गुड हो जाती है और ये फैक्ट तो आए हैं कितने भी फाइंड आउट कर लियो ते हुण तो बच्चा तो ले लिया जिद्दा भी लिया उन सोच के लिया जन बिना सोचे लिया क्योंकि जिस एक भैन जी इत्थे सवाल ये पैदा हुंदा कि कई बार भोलियां भालियां औरतां जिहड़ियां ने सचमुच जाणियो कि हर औरत शैतान नहीं ना मर्द शैतान आ। कई बार बहुत सिंपल लाइफ विचों लोग हुंदे आ मैनूं दुख इस चीज़ का आ जिहड़ा असली घर वाला आ उहने इहनूं घरों कढ दित्ता जिहड़ा दूजा आ उह इहनूं पता नहीं गा कौन है नंबर इहदे कोल नहीं आ एड्रैस इहदे कोल नहीं आ ना इहदे कोल नहीं आ। जल्दी करो समा घट है मैं 2 मिनट बाद इंटरव्यू करनी बहुत जरूरी। बस ये मेरा तो यही विचार है भी बच्चा ये कर लेना होना जी आपां पैसे पूरे इकट्ठे करके भी हेल्प करिए अपना अपना रब का नाम लवे अपना बच्चा पाल के जिंदगी अपनी नहीं इन्हों बच्चे दे पैसे लो नहीं गवर्नमेंट के पैसे देने इन्हों और हर चीज से असं पैसे गल नहीं कर सकते। नंबर 6 कॉलर प्लीज। हेलो सत श्री अकाल जी। जी भैन दसो तुसीं लास्ट कॉलर बोलो। अज भाई स्टोरी सुन लिया बड़ा वैसे फील बैड भी हुंदा हैगा जिदा भैन जी स्टोरी सुनी है ये जिदा कुछ लगता है कि थोड़ी डिप्रैशन च भी लगती है पर एक मैं एक अंडरस्टैंड आता है जिदा कहते हैं कि मैं प्रेगनेंट है डॉक्टर कहते हैं कि नहीं प्रेगनेंट पर सारे डॉक्टर तभी भाजी कह सकते हैं डॉक्टर कोई भी तुम कनेडा जाने इन्ने साल सानू हो गए है डॉक्टर जो चेक करता है उन्हें उही दसना लेडी कि तू प्रेगनेंट है नहीं हैगी है ठीक है ना पर हाँ सानू जिंदगी
मेरी जिंदगी विच आ कुछ बीतिया है कि औरत ने मेरी जिंदगी नूं बर्बाद कीता है। वो औरत पाकिस्तान कम्युनिटी नाल रिलेटेड है ते जिने मेरा घर बर्बाद कीता, मैनूं बस नहीं दित्ता। वो वैनकूवर कहिंदे रहिंदी है, कुड़ी इत्थे अलबर्टा च है। अलबर्टा च मधुवाला जी पुछो जी, फिर आपां स्केच बनवा लैने जी। साडी कंपनी हैगा सोभी जी, सोभी अपना सोभी स्केच नाम रखा जी, ओहदा आपां स्केच बनवा लैने जी। मुंडे दे नाले पता लग जूगा जी, नाले टोल लेंगे जी उहनूं। संदीप कौर कुमार इहनूं आप पुछो जी, सिंह कि कुमार है जी उह संदीप? हेलो खातर बच्चा हो गया तेन प्रेफर किया लगती मार गल प्लीज। देखो इन्हों दे हस्बैंड गलत सी, बट दूसरा लड़का उन्हें ये आप ऑफर कर रहे हैं, तो इन्हें कुछ पता भी नहीं है, बच्चा भी कंसीव कर लिया है, तो इन्हे विच देखो कि हुण ये कुछ दस भी नहीं रहे, तो फिर की फिर ये चाहते की है, ये की चाहते ने? देखो आप पंजाबी है ना, तो घट्टो घट्ट पंजाबी आप जो कैनेडा आना हों बड़ा कुछ, बट आप बाकी आने वाली की मैसेज दे रहे हैं। थैंक यू सो मच। नंबर थ्री कॉलर प्लीज। हेलो हेलो जी सतकाल जी। सर सर नंबर टू तो कॉल कर लो लीसा जी, इनवाइटर शी वेटिंग फॉर द कॉल। हेलो हाँ जी सतकाल जी। जी बस जी मैं इन्हें पूछना चाहना है जब होटल गए थे उसे पैसे किन पे किए थे, एनपी तेरी भी जमा दिलाए किए थे होटल में कहने पे पैसे किन पे किए थे सर याद है कि डेटा में गए सी मैं तो जी अंदर चल गई थी पता नहीं नहीं किए मैं तो किए नहीं मैं नहीं किए ठीक है जी बस जी उन पैसे पे होटल गए उसको पता कर सकते हो उन्हें आईडी जरूर ले होगी मुझे आप कॉल कर लो फोन दूजे फोन करो वेटिंग कर दे कॉल तू प्लीज कॉल फ्रॉम अदर नंबर शी विल बी अटेंड द कॉल क्योंकि एमरजेंसी च इंटरव्यू करनी बहुत जरूरी है। नंबर लीसा जी असीं तुहानूं कॉल कर रहे हैं अटेंड कर लो कॉल। नंबर फोर कॉलर प्लीज। हेलो ਬੇਬੀ ਹੋਣ ਵਾਲਾ ਹੋਇਆ ਤੇ ਇਹਨੇ ਚੈੱਕਅਪ ਤਾਂ ਕਰਵਾਇਆ ਹੀ ਹੋਊਗਾ ਉਹਦਾ ਟੈਸਟ ਟੁਸਟ ਹੁੰਦੇ ਹੁੰਦੇ ਹੈਗੇ ਆ
ਵੀ ਫੇਰ ਪਤਾ ਲੱਗ ਜਾਂਦਾ ਬੇਬੀ ਹੈਗਾ ਕਿ ਹੈ ਨੀ ਗਾ ਜੀ। ਹਾਂਜੀ ਮੈਡਮ, ਮੈਮ ਮੈਂ ਜਿਹੜੀ ਕਿੱਟਾਂ ਹੁੰਦੀਆਂ ਮੈਂ ਜਿਹੜੀ ਹਨਾ ਕਿੱਟ ਲੈ ਕੇ ਆਈ ਮੇਰੇ ਸਾਰੇ ਪੋਜ਼ਿਟਿਵ ਆਏ ਆ, ਪ੍ਰੈਗਨੈਂਟ ਦਾ ਵੀ ਸਾਈਨ ਆਇਆ ਹੋਇਆ। ਨਹੀਂ ਨਹੀਂ ਉਹ ਆਪ ਵੀ ਤੁਹਾਡੇ ਚੈੱਕਅਪ ਕਰਦੇ ਹੁੰਦੇ ਨਾ ਡਾਕਟਰ? ਹਾਂਜੀ ਮੈਂ ਡਾਕਟਰ ਕੋਲ ਗਈ, ਡਾਕਟਰ ਬਲੱਡ ਬਲੱਡ ਤੇ ਨਹੀਂ ਆਇਆ। ਉਹ ਕਹਿੰਦੇ ਤੈਨੂੰ ਬਹਿ ਹੈ, ਮੈਨੂੰ ਕਹਿੰਦੇ ਤੈਨੂੰ ਬਹਿ ਹੈ, ਪਤਾ ਲੱਗਣ ਲੱਗ ਜਾਂਦਾ ਪੂਰਾ ਬੇਬੇ ਵੀ ਹਿਲਦਾ। ਹਾਂਜੀ ਸਰ, ਹਾਂਜੀ ਮੈਂ ਵੀ ਹਿਲਦਾ। ਓਕੇ ਜੀ, ਮਿਹਰਬਾਨੀ, ਬਹੁਤ ਸ਼ੁਕਰੀਆ। ਅਸੀਂ ਕਮਰਸ਼ੀਅਲ ਬ੍ਰੇਕ ਲੈ ਰਹੇ ਹਾਂ, ਅਸੀਂ ਵਾਪਸ ਆ ਰਹੇ ਹਾਂ ਜੀ। ਹਾਂਜੀ ਕਰਨ ਬਾਲਾ ਜੀ, ਅਸੀਂ ਪ੍ਰੋਗਰਾਮ ਵਿੱਚ ਆਗਿਆ ਲੈਂਦੇ ਹਾਂ ਔਰ ਤੁਹਾਡੀ ਸਟੋਰੀ ਜਿਹੜੀ ਹੈ ਔਰ ਅੱਜ ਵਨ ਸਾਈਡਡ ਹੈ, ਅਸੀਂ ਸੋਮਵਾਰ ਨੂੰ ਫੇਰ ਕਵਰ ਕਰਾਂਗੇ। ਕੋਸ਼ਿਸ਼ ਕਰਾਂਗੇ ਕਿ ਅਸੀਂ ਦੂਜੇ ਪਾਸੇ ਤੁਹਾਡੇ ਐਕਸ ਹਸਬੈਂਡ ਤਾਂ ਨਹੀਂ ਹਸਬੈਂਡ ਨੂੰ ਲੈ ਕੇ ਆਈਏ, ਜਾਂ ਨਵਾਂ ਬੱਚਾ ਜਿਹੜਾ ਤੁਸੀਂ ਜਨਮ ਦੇ ਉਹਨਾਂ ਨੂੰ ਮੁਬਾਰਕਬਾਦ ਦੇਈਏ, ਅਤੇ ਉਸ ਬੱਚੇ ਦੇ ਬਾਪ ਦਾ ਨਾਮ ਕੀ ਹੈ, ਤੁਹਾਡੇ ਮੁਤਾਬਕ ਸੰਦੀਪ ਹੈ ਬਰਬੀ ਡੋਟ ਨੋ। ਗੁੱਡ ਲੱਕ ਫਾਰ ਯੂਰ ਫਿਊਚਰ, ਘਬਰਾਉਣਾ ਨਹੀਂ, ਜ਼ਿੰਦਗੀ ਵਿੱਚ ਸਾਥ ਨਹੀਂ ਛੱਡਣਾ ਔਰ ਬੜੀਆਂ ਜ਼ਿੰਦਗੀ ਦੇ ਵਿੱਚ ਉਤਰਾ ਚੜਾਉਂਦੇ ਨੇ। ਕਿਰਨ ਬਾਲਾ ਤੁਹਾਡੇ ਨਾਲ, ਸਰ ਪਲੀਜ਼ ਮੇਰੀ ਮਾੜੀ ਗੱਲ ਤਾਂ ਸੁਣ ਲਓ ਸਰ, ਮੇਰੇ ਕੋਲ ਟਾਈਮ ਨਹੀਂ ਅੱਜ, ਆਈ ਹੈਵ ਨੋ ਟਾਈਮ ਨਾਓ, ਵੀ ਵਿਲ ਟਾਕ ਅਬਾਊਟ ਮੰਡੇ। ਓਕੇ, ਥੈਂਕ ਯੂ ਸੋ ਮਚ। ਹਾਂਜੀ।